ਉਹ ਇੱਕ ਮੋਟਰਸਾਈਕਲ ਸੀ ਇੱਕ ਸਕੂਟਰੀ ਸੀ ਮੋਟਰਸਾਈਕਲ ਤੇ ਦੋ ਜਣੇ ਸਕੂਟਰੀ ਤੇ ਇੱਕ ਜਣਾ ਤੇ ਉਹਨਾਂ ਕੋਲ ਪਿਸਟਲ ਸੀਗੀ ਉਹਨਾਂ ਨੇ ਪਿਸਟਲ ਦਿਖਾਉਣ ਲੱਗ ਗਏ ਤੇ ਉਹ ਦਿਖਾਉਣ ਲੱਗੇ ਡਰਾਉਣ ਲੱਗੇ ਕਹਿੰਦੇ ਜਿੱਲੇ ਵੀ ਆਏ ਕਹਿੰਦੇ ਵੀ ਅਸੀਂ ਮਾਰ ਦਾਂਗੇ ਤੁਹਾਨੂੰ ਮਾਰ ਦਾਂਗੇ ਫਿਰ ਅਸੀਂ ਦੂਰ ਹੋ ਗਏ ਉਹਨਾਂ ਤੋਂ ਫਿਰ ਉਹ ਇੰਨੇ 'ਚ ਭੱਜ ਗਏ ਰਹਿ ਪਟਿਆਲਾ ਜੀ ਹਾਂ ਜੀ ਜੀ ਮੇਰੇ ਨਾਲ ਹੀ ਕਦੋਂ ਫਿਰ ਸਵਾਰੀ ਦੇ ਮਾਰ ਦਿੰਦੇ ਜੀ ਇੰਨੇ ਸਵਾਰੀਆਂ ਸੀਗੀਆਂ ਗੱਡੀ ਭਰੀ ਹੋਈ ਸੀਗੀ ਵੀ ਸਵਾਰੀਆਂ ਦੀ ਸੀਟਡ ਗੱਡੀ ਸੀ ਪੂਰੀ ਚੈਨੀ ਹੋ ਗਏ 10,000 ਰੁਪਇਆ ਸੀਗਾ ਜੀ ਬਾਕੀ ਮੇਰੇ ਕੋਲ ਹੈਗੇ ਨੇ ਬਾਕੀ ਲੈ ਗਏ ਹੋ ਗਏ ਹਾਂ ਹਾਂ ਚੈਨੀ ਪਰ ਡਿੱਗੀ ਉੱਥੇ ਪਤਾ ਨਹੀਂ ਲੈ ਗਏ ਉਹ ਪਰ ਪਤਾ ਨਹੀਂ ਹੈਗਾ ਨਹੀਂ ਭੇਜ ਲੱਗਿਆ ਹਾਂ हाँ जी सर आपका आपका नाम क्या है साहिली आप कौन सी कंपनी में जाते हैं PRTC कनेक्ट भाई तो कहाँ से कहाँ जा रही थी आपकी बस पटियाला से अमृतसर तो कहाँ हुआ ये हादसा कब हुआ ये टोल टैक्स से होया 750 से हाँ लाडवा टोल टैक्स से तो हुआ क्या होया कुछ नहीं बराबर ले आके गाला कटने लग गया मैं बारी च गया बारी च मैं वीरे की हो गया तो आके मेरी चैनी खोन लग गए तो थप्पड़ मारे मेरे ਬਦਮਾਸ਼ਾਂ ਨੇ ਅੱਛਾ ਜੀ ਤੇ ਥੋੜੀ ਅੱਗੇ ਗਏ ਅਸੀਂ ਡਰਾਈਵਰ ਉਤਰ ਕੇ ਆਇਆ ਵੀ ਪੁੱਛਿਆ ਕਿ ਕੀ ਹੋ ਗਿਆ ਤੇ ਉਹਨਾਂ ਕੋਲ ਦੋ ਕੱਟੇ ਸੀਗੇ ਉਹ ਇੱਕ ਮੋਟਰਸਾਈਕਲ ਸੀ ਇੱਕ ਸਕੂਟਰੀ ਸੀ ਮੋਟਰਸਾਈਕਲ ਤੇ ਦੋ ਜਣੇ ਸਕੂਟਰੀ ਤੇ ਇੱਕ ਜਣਾ ਤੇ ਉਹਨਾਂ ਕੋਲ ਪਿਸਟਲ ਸੀਗੀ ਉਹਨਾਂ ਨੇ ਪਿਸਟਲ ਦਿਖਾਉਣ ਲੱਗ ਗਏ ਤੇ ਉਹ ਦਿਖਾਉਣ ਲੱਗੇ ਡਰਾਉਣ ਲੱਗ ਗਿਆ ਤੇ ਜਿੱਦਾਂ ਵੀ ਆਏ ਕਹਿੰਦੇ ਵੀ ਅਸੀਂ ਮਾਰ ਦਾਂਗੇ ਤੁਹਾਨੂੰ ਮਾਰ ਦਾਂਗੇ ਫਿਰ ਅਸੀਂ ਦੂਰ ਹੋ ਗਏ ਉਹਨਾਂ ਤੋਂ ਫਿਰ ਉਹ ਇੰਨੇ 'ਚ ਭੱਜ ਗਏ ਰਹਿ ਪਟਿਆਲਾ ਜੀ ਹਾਂ ਜੀ ਜੀ ਮੇਰੇ ਨਾਲ ਹੀ ਕਦੋਂ ਫਿਰ ਸਵਾਰੀ ਦੇ ਮਾਰ ਦਿੰਦੇ ਜੀ ਇੰਨੀਆਂ ਸਵਾਰੀਆਂ ਸੀਗੀਆਂ ਗੱਡੀ ਭਰੀ ਹੋਈ ਸੀਗੀ ਵੀ ਸਵਾਰੀਆਂ ਦੀ ਸੀਟਡ ਗੱਡੀ ਸੀ ਪੂਰੀ ਚੈਨੀ ਹੋ ਗਏ 10,000 ਰੁਪਇਆ ਸੀਗਾ ਜੀ ਬਾਕੀ ਮੇਰੇ ਕੋਲ ਹੈਗੇ ਨੇ ਬਾਕੀ ਲੈ ਗਏ ਹੋ ਗਏ ਹਾਂ ਹਾਂ ਚੈਨੀ ਪਰ ਡਿੱਗੀ ਉੱਥੇ ਪਤਾ ਨਹੀਂ ਲੈ ਗਏ ਉਹ ਪਰ ਪਤਾ ਨਹੀਂ ਹੈਗਾ ਨਹੀਂ ਭੇਜ ਲੱਗਿਆ ਹਾਂ ਜੀ ਕਹਿੰਦੇ ਕਾਰਵਾਈ ਕਰਾਂਗੇ ਗੱਡੀ ਉੱਥੇ ਖੜੀ ਹੈ ਜੀ ਸਵਾਰੀਆਂ ਦੂਸਰੀ ਗੱਡੀ ਨੂੰ ਦੇਖਣਾ ਦੁਬਾਰਾ ਕਰ ਲਓ ਅੱਜ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਕਿ ਸਾਹਿਲ ਜੋ ਕਿ PRTC ਦਾ ਮੁਲਾਜ਼ਮ ਹੈ ਕੰਡਕਟਰ ਹੈਗਾ ਉਹਨੇ ਇੱਥੇ ਲੱਡੋਵਾਲ ਟੋਲ ਪਲਾਜ਼ਾ ਤੋਂ ਆਪਣੇ ਟੋਲ ਦੀ ਪਰਚੀ ਕਟਾ ਕੇ ਉਹ ਥੋੜ੍ਹਾ ਕ੍ਰੋਸ ਹੀ ਕੀਤੇ ਸੀਗੇ ਅਤੇ ਉਹਨਾਂ ਦੇ ਦੱਸਣ ਮੁਤਾਬਕ ਕਿ ਦੋ ਜਣੇ ਮੋਟਰਸਾਈਕਲ 'ਤੇ ਆਏ ਔਰ ਇੱਕ ਐਕਟਿਵਾ 'ਤੇ ਹੈਗਾ ਸੀਗਾ ਅਤੇ ਆਉਂਦੇ ਉਹਨੇ ਬੱਸ ਦੇ ਨਾਲ ਲਾ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਹ ਉੱਥੇ ਦਰਵਾਜ਼ੇ ਦੇ ਕੋਲ ਖੜ੍ਹੇ ਸੀ ਜਦੋਂ ਇਹਨੇ ਉਹਨੂੰ ਪੁੱਛਿਆ ਅਤੇ ਉਹਨੇ ਇਹਦੇ ਗਲ ਨੂੰ ਹੱਥ ਪਾਇਆ ਅਤੇ ਇਹਦੇ ਦੱਸਣ ਮੁਤਾਬਕ ਵੀ ਮੇਰੀ ਚੈਨੀ ਜਾਂ ਤਾਂ ਉਹ ਲੈ ਗਏ ਜਾਂ ਥੱਲੇ ਡਿੱਗ ਪਈ ਹੈ ਕਿਤੇ ਅਤੇ ਨਾਲ ਇਹਦੇ ਕੋਲ ਕੋਈ ਕਲੈਕਸ਼ਨ 'ਤੇ 10,000 ਰੁਪਈਆ ਵੀ ਕਹਿੰਦੇ ਵੀ ਹੈਗਾ ਸੀ ਉਹ ਵੀ ਉਹ ਲੈ ਗਏ ਆ ਇਹ ਅੱਜ ਸਵੇਰ 7:50 ਕੀ ਹੈ ਹਾਂਜੀ ਹਾਂਜੀ ਰੋਡ ਇਹਨਾਂ ਨੇ ਜਾਮ ਕੀਤਾ ਆ ਪਰ ਇਹ ਸਾਡੇ ਕੋਲ ਇੰਟੀਮੇਸ਼ਨ ਹੁਣ ਲੈ ਕੇ ਆਏ ਆ ਜੇ ਪਹਿਲਾਂ ਹੀ ਸਾਡੇ ਕੋਲ ਇੰਟੀਮੇਸ਼ਨ ਲਿਆਉਂਦੇ ਤਾਂ ਅਕੋਰਡਿੰਗਲੀ ਅਸੀਂ ਉਸੇ ਵੇਲੇ ਹੀ ਕਾਰਵਾਈ ਕਰ ਦੇਣੀ ਹਾਂ ਉਹ ਬੰਦੇ ਫਰਾਰ ਹੈ ਬਾਕੀ ਅਸੀਂ ਕੇਸ ਰਜਿਸਟਰ ਕਰ ਰਹੇ ਹਾਂ ਹਾਂ CCTV ਦੀ ਫੁਟੇਜ ਵੀ ਅਸੀਂ ਉੱਥੋਂ ਮੌਕੇ 'ਤੇ ਲੈ ਰਹੇ ਹਾਂ ਇਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਉਹ ਅਸੀਂ ਕਰਕੇ ਅਤੇ ਜਲਦੀ ਇਹਨਾਂ ਬੰਦਿਆਂ ਨੂੰ ਕਾਬੂ ਕਰ ਲਵਾਂਗੇ ਠੀਕ ਹੈ ਧੰਨਵਾਦ